ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਅੱਜ ਦੀ ਵੀਡੀਓ ਵਿੱਚ ਅਸੀਂ ਜਾਣਾਂਗੇ ਕਿ ਜਿਨ੍ਹਾਂ ਵਿਦਿਆਰਥੀਆਂ ਨੇ 2021 ਜਾਂ 2022 ਵਿੱਚ 10ਵੀਂ ਜਾਂ 12ਵੀਂ ਦੀ ਪ੍ਰੀਖਿਆ ਦਿੱਤੀ ਸੀ ਅਤੇ ਉਹਨਾਂ ਨੂੰ ਆਪਣੇ 10ਵੀਂ ਜਾਂ 12ਵੀਂ ਦੇ ਸਰਟੀਫਿਕੇਟਾਂ ਦੀ ਹਾਰਡ ਕਾਪੀ ਪ੍ਰਾਪਤ ਨਹੀਂ ਹੋਈ ਅਤੇ ਉਹਨਾਂ ਕੋਲ ਸਿਰਫ ਆਪਣੇ ਡਿਜੀ ਲੋਕਰ ਵਾਲੇ ਸਰਟੀਫਿਕੇਟ ਨੇ, ਉਹ ਬੋਰਡ ਦੀ ਸਾਈਟ ਤੋਂ ਕਿਵੇਂ ਅਪਲਾਈ ਕਰ ਸਕਦੇ ਨੇ? ਸਭ ਤੋਂ ਪਹਿਲਾਂ ਤੁਸੀਂ ਗੂਗਲ ਨੂੰ ਓਪਨ ਕਰ ਲੈਣਾ ਹੈ ਅਤੇ ਗੂਗਲ ਨੂੰ ਓਪਨ ਕਰਨ ਤੋਂ ਬਾਅਦ ਤੁਸੀਂ ਇਸ ਵਿੱਚ ਟਾਈਪ ਕਰਨਾ ਹੈ PSEB, ਮਤਲਬ ਪੰਜਾਬ ਸਕੂਲ ਐਜੂਕੇਸ਼ਨ ਬੋਰਡ। ਆਪਾਂ ਇਸ ਨੂੰ ਸਰਚ ਕਰਾਂਗੇ। ਸਰਚ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾਂ ਦਾ ਇੰਟਰਫੇਸ ਆ ਜਾਵੇਗਾ। ਪੰਜਾਬ ਸਕੂਲ ਐਜੂਕੇਸ਼ਨ ਬੋਰਡ ਉੱਪਰ ਕਲਿੱਕ ਕਰੋ। ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇਸ ਤਰ੍ਹਾਂ ਦੀ ਵਿੰਡੋ ਓਪਨ ਹੋਵੇਗੀ। ਇਸ ਤੋਂ ਤੁਸੀਂ ਔਨਲਾਈਨ ਫੋਰਮਸ ਉੱਪਰ ਕਲਿੱਕ ਕਰਨਾ ਹੈ। ਔਨਲਾਈਨ ਫੋਰਮਸ ਕਲਿੱਕ ਹੋਣ ਤੋਂ ਬਾਅਦ ਤੁਸੀਂ ਇਸ ਨੂੰ ਡਾਊਨ ਚਲੇ ਜਾਣਾ ਹੈ ਅਤੇ ਇੱਥੇ ਤੁਹਾਡੇ ਕੋਲ ਕਾਫੀ ਸਾਰੇ ਆਪਸ਼ਨ ਆ ਜਾਣਗੇ, ਜਿਵੇਂ ਕਿ ਔਨ ਡਿਮਾਂਡ ਹਾਰਡ ਕਾਪੀ ਸਰਟੀਫਿਕੇਟ ਫੋਰ ਸੈਸ਼ਨ ਮਾਰਚ 2022। ਵੀ ਜਿਨ੍ਹਾਂ ਬੱਚਿਆਂ ਨੇ 2022 'ਚ ਅਪਲਾਈ ਕੀਤਾ ਹੈ ਉਹ ਇਸ ਆਪਸ਼ਨ 'ਤੇ ਕਲਿੱਕ ਕਰਨਗੇ ਅਤੇ ਜਿਨ੍ਹਾਂ ਬੱਚਿਆਂ ਨੇ 2021 ਵਿੱਚ ਪੇਪਰ ਦਿੱਤੇ ਨੇ ਉਹਨਾਂ ਦਾ ਆਪਸ਼ਨ ਥੱਲੇ ਹੋਵੇਗਾ, ਜਿਵੇਂ ਕਿ ਔਨ ਡਿਮਾਂਡ ਹਾਰਡ ਕਾਪੀ ਸਰਟੀਫਿਕੇਟ ਫੋਰ ਸੈਸ਼ਨ ਮਾਰਚ 2021। ਆਪਾਂ ਇਸ 'ਤੇ ਕਲਿੱਕ ਕਰਾਂਗੇ। ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਇੱਕ ਨਵਾਂ ਪੇਜ ਓਪਨ ਹੋਵੇਗਾ। ਇੱਥੇ ਤੁਹਾਨੂੰ ਸਾਰੀਆਂ ਜਾਣਕਾਰੀ ਦਿੱਤੀ ਜਾਵੇਗੀ। ਲੌਗਇਨ ਪੈਨਲ ਵਾਲੇ ਵਿਕਲਪ ਵਿੱਚ ਜਾ ਕੇ ਆਪਾਂ ਆਪਣੀ ਪ੍ਰੀਖਿਆ ਸਿਲੈਕਟ ਕਰ ਲੈਣੀ ਹੈ ਕਿ ਆਪਾਂ ਰੈਗੂਲਰ ਸੀਗੇ ਜਾਂ ਓਪਨ ਪੇਪਰ ਦਿੱਤੇ ਹਨ ਜਾਂ ਪ੍ਰਾਈਵੇਟ ਪੇਪਰ ਦਿੱਤੇ ਹਨ। ਆਪਾਂ ਰੈਗੂਲਰ ਨੂੰ ਸਿਲੈਕਟ ਕਰਾਂਗੇ। ਉਸ ਤੋਂ ਅੱਗੇ ਆਪਾਂ ਆਪਣਾ ਰੋਲ ਨੰਬਰ ਟਾਈਪ ਕਰ ਦੇਣਾ ਹੈ। ਰੋਲ ਨੰਬਰ ਤੁਹਾਡੇ 12ਵੀਂ ਦੇ ਸਰਟੀਫਿਕੇਟ ਜਾਂ 10ਵੀਂ ਦੇ ਸਰਟੀਫਿਕੇਟ 'ਤੇ ਹੋਵੇਗਾ ਅਤੇ ਉਸ ਤੋਂ ਬਾਅਦ ਆਪਾਂ ਰਜਿਸਟ੍ਰੇਸ਼ਨ ਨੰਬਰ ਵੀ ਤੁਹਾਨੂੰ ਡਿਜੀ ਲੋਕਰ ਵਾਲੇ ਸਰਟੀਫਿਕੇਟ ਤੋਂ ਮਿਲ ਜਾਵੇਗਾ, ਉਹ ਇੱਥੇ ਫਿਲ ਕਰਾਂਗੇ। ਉਸ ਤੋਂ ਬਾਅਦ ਆਪਾਂ ਲੌਗਇਨ ਕਰਾਂਗੇ। ਲੌਗਇਨ ਕਰਨ ਤੋਂ ਉਪਰੰਤ ਤੁਹਾਡੀ ਸਾਰੀ ਡਿਟੇਲ ਵਾਲਾ ਇੱਕ ਪੇਜ ਓਪਨ ਹੋਵੇਗਾ। ਇੱਥੇ ਤੁਸੀਂ ਆਪਣੀ ਸਾਰੀ ਡਿਟੇਲ ਚੈੱਕ ਕਰ ਲੈਣੀ ਹੈ ਅਤੇ ਆਪਣਾ ਪ੍ਰੈਜੈਂਟ ਐਡਰੈਸ ਨੂੰ ਫੁੱਲ ਭਰ ਦੇਣਾ ਹੈ। ਤੁਸੀਂ ਪ੍ਰੈਜੈਂਟ ਐਡਰੈਸ ਬਿਲਕੁਲ ਸਹੀ ਭਰਨਾ ਹੈ ਕਿਉਂਕਿ ਇਸ ਐਡਰੈਸ 'ਤੇ ਹੀ ਤੁਹਾਡੀ ਹਾਰਡ ਕਾਪੀ ਆਵੇਗੀ। ਡਿਟੇਲਸ ਭਰਨ ਤੋਂ ਬਾਅਦ ਤੁਹਾਡੇ ਕੋਲ ਫੀਸ ਨੂੰ ਪੇ ਕਰਨ ਦਾ ਇੱਕ ਆਪਸ਼ਨ ਆਵੇਗਾ, ਉੱਥੇ ਤੁਸੀਂ ਫੀਸ ਨੂੰ ਪੇ ਕਰ ਦੇਣਾ ਹੈ। ਫੀਸ ਕੱਟੀ ਜਾਣ ਤੋਂ ਬਾਅਦ ਤੁਸੀਂ ਆਪਣੀ ਫੀਸ ਦੀ ਸਟੇਟਸ ਵੀ ਚੈੱਕ ਕਰ ਸਕਦੇ ਹੋ। ਇੱਥੇ ਤੁਸੀਂ ਆਪਣਾ ਐਡਰੈਸ, ਜਿਵੇਂ ਇੱਥੇ ਸਾਡਾ ਐਡਰੈਸ ਹੈ ਜੱਗਾ ਪੱਤੀ ਮੋਗਾ, ਉਹ ਫਿਲ ਕਰ ਲਵਾਂਗੇ ਅਤੇ ਆਪਾਂ ਇੱਥੇ ਸਾਡੀ ਫੀਸ ਆਲਰੇਡੀ ਪੇ ਹੋ ਚੁੱਕੀ ਹੈ ਅਤੇ ਇੱਥੇ ਉਸਦੀ ਡਿਟੇਲ ਆ ਰਹੀ ਹੈ। ਜੇਕਰ ਤੁਹਾਨੂੰ ਸਰਟੀਫਿਕੇਟ ਨੂੰ ਅਪਲਾਈ ਕਰਨ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਇਸ ਨੰਬਰ 'ਤੇ ਮੈਸੇਜ ਜਾਂ ਮੇਲ ਕਰ ਸਕਦੇ ਹੋ। ਧੰਨਵਾਦ ਜੀ।